ਗੁਰਦਾਸਪੁਰ ਰਿਜ਼ਰਵ ਕਮਿਊਨਿਟੀ ਨੂੰ ਇੰਟਰਨੈਸ਼ਨਲ ਰਾਮਸਰ ਸਾਈਟ ਘੋਸ਼ਿਤ ਹੋਣ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਵਾਸਤੇ ਮਾਣ ਦੀ ਗੱਲ ਹੈ, ਖੁਸ਼ੀ ਦੀ ਗੱਲ ਹੈ। ਅਤੇ ਜਿਨ੍ਹਾਂ ਦੇ ਕਰ ਕਮਲਾਂ ਸਦਕੇ, ਜਿਨ੍ਹਾਂ ਦੀ ਮਿਹਨਤ ਦੇ ਸਦਕੇ, ਜਿਨ੍ਹਾਂ ਦੀ ਤਨਦੇਹੀ ਦੇ ਸਦਕੇ ਇਹ ਜਿਹੜਾ ਇੱਕ ਉਪਾਧੀ ਜਿਹੜੀ ਮਿਲਣ ਜਾ ਰਹੀ ਹੈ, ਗੱਲ ਕਰਾਂਗੇ ਉਹਦੇ ਨਾਲ ਪਠਾਨਕੋਟ ਦੇ DFO ਰਜੇਸ਼ ਮਹਾਜਨ। ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ, ਤੁਹਾਨੂੰ ਗਵਰਨਰ ਸਾਹਿਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ, ਕੀ ਕਹਿਣਾ ਚਾਹੋਗੇ ਸਰ? ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਔਰ ਇਸ ਡਿਸਟ੍ਰਿਕਟ ਲਈ ਮਾਣ ਦੀ ਗੱਲ ਹੈ ਕਿ ਕੇਸ਼ੋਪੁਰ ਸ਼ੰਭ ਜਿਹੜਾ ਕਿ ਇੰਡੀਆ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਸੀਗਾ ਉਹ ਹੁਣ ਇੰਟਰਨੈਸ਼ਨਲ ਰਾਮਸਰ ਸਾਈਟ ਡਿਕਲੇਅਰ ਹੋ ਚੁੱਕੀ ਹੈ। ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਬੜੇ ਫਖਰ ਦੀ ਗੱਲ ਹੈ ਕਿਉਂਕਿ ਸਾਰੇ ਭਾਰਤ ਵਰਸ਼ ਵਿੱਚ ਕੇਵਲ 37 ਹੀ ਇੰਟਰਨੈਸ਼ਨਲ ਰਾਮਸਰ ਸਾਈਟਸ ਨੇ। ਇੰਟਰਨੈਸ਼ਨਲ ਰਾਮਸਰ ਸਾਈਟ ਡਿਕਲੇਅਰ ਹੋਣ ਨਾਲ ਇਹ ਸਾਡਾ ਜਿਹੜਾ ਇਲਾਕਾ ਹੈ ਇਹ ਵਰਲਡ ਮੈਪ 'ਤੇ ਆ ਜਾਂਦਾ। ਇਹਦੇ ਨਾਲ ਜਿਹੜੇ ਇੰਟਰਨੈਸ਼ਨਲ ਸੈਲਾਨੀ ਨੇ ਉਹ ਇੱਥੇ ਆਉਣਗੇ, ਜਿਹਦੇ ਕਰਕੇ ਹੋਟਲੇਅਰ ਇੰਡਸਟਰੀ ਨੂੰ, ਰੈਸਟੋਰੈਂਟਸ ਨੂੰ, ਟੈਕਸੀ ਸਰਵਿਸਿਜ਼ ਵਾਲਿਆਂ ਨੂੰ, ਗਾਈਡਸ ਨੂੰ, ਸਾਰਿਆਂ ਨੂੰ ਰੋਜ਼ਗਾਰ ਮਿਲੇਗਾ ਔਰ ਇਸ ਏਰੀਏ ਦੀ ਡਿਵੈਲਪਮੈਂਟ ਦੇ ਵਿੱਚ ਇਹ 4 ਚੰਦ ਲਾਏਗਾ। ਸਰ, ਜੇ ਗੱਲ ਕਰੀਏ ਛੰਬ ਦੀ, ਜਿਹੜੇ ਇੱਥੇ ਸਪੀਸੀਜ਼ ਆਉਂਦੇ ਨੇ ਪੰਛੀ, ਪਹਿਲੀ ਗੱਲ ਤਾਂ ਕਿੰਨੇ ਪੰਛੀ ਇੱਥੇ ਆ ਚੁੱਕੇ ਨੇ ਜਾਂ ਇਸ ਵਾਰ ਆਏ ਨੇ, ਔਰ ਖਾਸ ਕਿਹੜੀ ਕਿਹੜੀ ਸਪੀਸੀਜ਼ ਹੁੰਦੇ ਨੇ ਜਿਹੜੇ ਇੱਥੇ ਜੋ ਕਿ ਆਕਰਸ਼ਣ ਦਾ ਕੇਂਦਰ ਜਿਹੜੇ ਆ ਉਹ ਬੰਦੇ ਜਾ ਰਹੇ ਨੇ? ਦੇਖੋ, ਅਸੀਂ ਇਹਦਾ ਹਰ ਸਾਲ ਐਨੂਅਲ ਬਰਡ ਸੈਂਸਸ ਕਰਾਉਂਦੇ ਹਾਂ। 2012 ਤੋਂ ਹੀ ਸਟਾਰਟ ਕੀਤਾ ਸੀਗਾ। 2012 ਦੇ ਵਿੱਚ ਫਸਟ ਕਾਊਂਟ ਜਿਹੜਾ ਉਹ 4581 ਬਰਡ ਦਾ ਆਇਆ ਸੀਗਾ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੰਜ਼ਰਵੇਸ਼ਨ ਦੇ ਕੰਮ ਕਰਾਏ, ਹੈਬੀਟੈਟ ਇੰਪਰੂਵਮੈਂਟ ਦੇ, ਜਿਹਦੇ ਵਿੱਚ ਕਿ ਵਾਟਰ ਹਾਈਸੈਂਥ ਰਿਮੂਵਲ, ਨੇਚਰ ਟ੍ਰੇਲਸ ਦੀ ਪ੍ਰੈਪਰੇਸ਼ਨ, ਪਲਾਂਟੇਸ਼ਨ ਆਫ ਟਾਲ ਪਲਾਂਟਸ, ਅਪਲੈਂਡਸ ਔਰ ਬਰਡ ਹਾਈਟਸ, ਔਰ 3 ਹੀ ਵਧੀਆ ਇੰਟਰਨੈਸ਼ਨਲ ਸਟੈਂਡਰਡ ਦੇ ਟਾਵਰਸ ਲਗਾਏ ਨੇ। ਉਸ ਤੋਂ ਬਾਅਦ ਹਰ ਸਾਲ ਜਿਹੜੀ ਹੈ ਉਹ ਸਾਨੂੰ ਬਰਡਸ ਦੀ ਗਿਣਤੀ ਜਿਹੜੀ ਆ ਉਹ ਵਧੀ ਆ ਦੀ ਲਗਾਤਾਰ 10-500 ਹੋਈ, ਫਿਰ 13-500 ਹੋਈ, ਫਿਰ 18,000 ਹੋਈ, ਔਰ ਹਾਈਐਸਟ ਜਿਹੜੀ ਗਿਣਤੀ ਆ ਉਹ 25,800 ਤੱਕ ਜਿਹੜੀ ਹੈ ਇੱਥੇ ਗਈ ਹੈ। ਔਰ ਇਹ ਸਾਰਾ ਕੁਛ ਕੰਜ਼ਰਵੇਸ਼ਨ ਵਰਕ ਕਰਨ ਦਾ ਹੀ ਨਤੀਜਾ ਹੈ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਰਾਮਸਰ ਸਾਈਟ ਡਿਕਲੇਅਰ ਹੋਈ ਹੈ ਉਹ ਇਸੇ ਪੁਆਇੰਟ 'ਤੇ ਹੋਈ ਹੈ ਕਿ ਜੇ ਕਿਸੇ ਜਗ੍ਹਾ 'ਤੇ 20,000 ਤੋਂ ਵੱਧ ਬਰਡ ਲਗਾਤਾਰ 3 ਸਾਲ ਆਉਣ, ਉਹਦੇ ਬੇਸ ਦੇ ਉੱਤੇ ਹੋਈ ਹੈ। ਹਾਂ, ਔਰ ਇਹ ਦਿਸ ਕਮੈਂਸੁਰੇਟ ਵਿਦ ਆਵਰ ਵਰਕਸ। ਔਰ ਮੇਨਲੀ ਜਿਹੜਾ ਅਸੀਂ 12 ਤਰੀਕ ਨੂੰ ਹੁਣ ਲਾਸਟ ਸੈਂਸਸ ਇੱਥੇ ਕਰਾਇਆ 12 ਜਨਵਰੀ ਨੂੰ, ਉਹਦੇ ਵਿੱਚ 74 ਸਪੀਸੀਜ਼ ਦੇ ਜਿਹੜੇ ਵਾਟਰਫਾਲ ਬਰਡ ਜਿਹੜੇ ਨੇ ਇੱਥੇ ਮਿਲੇ ਨੇ। ਔਰ ਉਹਨਾਂ ਦੇ ਵਿੱਚ ਜਿਹੜੇ ਪਹਿਲੇ 5 ਜਿਹੜੇ ਮੁੱਖ ਜ਼ਿਆਦਾ ਤਾਦਾਦ ਵਿੱਚ ਮਿਲੇ ਨੇ, ਨਾਰਦਰਨ ਪਿੰਟੇਲ, ਗੈਡਵਾਲ, ਸ਼ਾਵਲਰਸ, ਕੋਮਨ ਟੀਲ ਔਰ ਕੋਮਨ ਕੂਟਸ ਸੀਗੀਆਂ। ਮੈਂ ਵੀ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਕੇਸ਼ੋਪੁਰ ਕਮਿਊਨਿਟੀ ਸ਼ੰਭ ਹੈ ਇੱਥੇ ਸਾਰਸ ਕਰੇਨ ਦੇ 2 ਪੇਅਰ ਰੈਜੀਡੈਂਟ ਹੋ ਚੁੱਕੇ ਨੇ, ਜਿਹੜੀ ਕਿ ਇਹ ਆਲੇ ਦੁਆਲੇ ਦੀਆਂ ਕਿਸੇ ਵੀ ਸਟੇਟ ਵਿੱਚ ਨਹੀਂ ਹੈਗੇ। ਔਰ ਸ਼ਾਲਾਪੱਤਨ ਵਿਖੇ ਸਾਡੇ 700-800 ਜਿਹੜੇ ਕੋਮਨ ਕਰੇਨਸ ਆਉਂਦੇ ਨੇ ਉਹ ਨੌਰਥ ਇੰਡੀਆ ਦੇ ਵਿੱਚ ਹੀ ਕਿਤੇ ਨਹੀਂ ਆਉਂਦੇ। ਸੋ ਇਹ ਬੜੇ ਸੁਭਾਗਿਆਸ਼ਾਲੀ ਗੱਲ ਹੈ ਸਾਡੇ ਏਰੀਏ ਲਈ। ਔਰ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਇਸ ਜਿਹੜੀ ਸਾਨੂੰ ਮਿਲੀ ਹੈ ਵਿਰਾਸਤ ਇਹਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖੀਏ। ਜੇ ਆਪਾਂ ਕੰਟਰੀ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਕੰਟਰੀ ਤੋਂ ਸਪੀਸੀਜ਼ ਜਿਹੜੇ ਪੰਛੀਆਂ ਦੇ ਇੱਥੇ ਆਉਂਦੇ ਨੇ ਜ਼ਿਆਦਾਤਰ? ਮੋਸਟਲੀ ਜਿਹੜੀਆਂ ਯੂਰੋਪੀਅਨ ਕੰਟਰੀਜ਼ ਨੇ, ਸਾਈਬੇਰੀਆ, ਰਸ਼ੀਆ, ਮੰਗੋਲੀਆ, ਤਿੱਬਤ, ਜਿਨ੍ਹਾਂ ਏਰੀਆ ਦੇ ਵਿੱਚ ਅੱਜ ਕੱਲ੍ਹ ਇਹਨਾਂ ਦੀਆਂ ਜਿਹੜੇ ਹੈਬੀਟੈਟ ਹੁੰਦਾ ਹੈ, ਪਾਣੀ ਦੀਆਂ ਲੇਕਸ ਹੁੰਦੀਆਂ ਨੇ, ਉਹ ਜੰਮ ਜਾਂਦੀਆਂ, ਜਿਸ ਕਰਕੇ ਇਹ 3-4 ਮਹੀਨੇ ਜਿਹੜੇ ਆਪਣਾ ਇੱਧਰ ਸਮਾਂ ਬਿਤਾਉਣ ਆਉਂਦੇ ਨੇ। ਔਰ ਜਦੋਂ ਹੀ ਇਹਨਾਂ ਨੂੰ ਅੰਦੇਸ਼ਾ ਹੁੰਦਾ ਕਿ ਮੌਸਮ 'ਚ ਚੇਂਜ ਆ ਗਈ ਹੈ, ਇਹ ਵਾਪਸ ਚਲੇ ਜਾਂਦੇ ਨੇ ਮਿਡ ਫਰਵਰੀ ਜਾਂ ਫਸਟ ਵੀਕ ਆਫ ਮਾਰਚ ਤੱਕ। ਅਤੇ ਜਿਸ ਤਰ੍ਹਾਂ ਹੁਣ ਬਹੁਤ ਵੱਡਾ ਇੱਕ ਜਿਹੜਾ ਅਹੁਦਾ ਜਿਹੜਾ ਆ ਉਹ ਇਸ ਏਰੀਏ ਨੂੰ ਮਿਲ ਗਿਆ ਕੇਸ਼ੋਪੁਰ ਨੂੰ, ਅਤੇ ਆਪਾਂ ਕੀ ਦੇਖ ਸਕਦੇ ਹਾਂ ਕਿ ਡਿਵੈਲਪਮੈਂਟ ਵਿੱਚ ਆਉਣ ਵਾਲੇ ਟਾਈਮ ਵਿੱਚ ਕੀ ਇੱਥੇ ਆਪਾਂ ਡਿਵੈਲਪਮੈਂਟ ਦੇਖ ਸਕਦੇ ਹਾਂ? ਜਿਸ ਤਰ੍ਹਾਂ ਮੈਂ ਦੱਸਿਆ ਕਿ ਇੰਟਰਨੈਸ਼ਨਲ ਮੈਪ 'ਤੇ ਆਉਣ ਕਰਕੇ ਜਿਹੜਾ ਇੰਟਰਨੈਸ਼ਨਲ ਟੂਰਿਸਟ ਹੈ ਅਤੇ ਨੈਸ਼ਨਲ ਟੂਰਿਸਟ ਹੈ ਉਹ ਜਦੋਂ ਵੀ ਸਰਚ ਕਰੇਗਾ ਉਹਨੂੰ ਕੇਸ਼ੋਪੁਰ ਉੱਤੇ ਦਿਖੇਗਾ, ਜਿਹਦੇ ਨਾਲ ਟੂਰਿਜ਼ਮ ਦਾ ਇਸ ਏਰੀਏ 'ਚ ਡਿਵੈਲਪ ਹੋਏਗਾ। ਜਿਸ ਏਰੀਏ 'ਚ ਟੂਰਿਜ਼ਮ ਆਉਂਦਾ ਉਹਦੇ ਨਾਲ ਹੋਟਲ ਇੰਡਸਟਰੀ ਆਉਂਦੀ ਹੈ, ਉਹਦੇ ਨਾਲ ਰੈਸਟੋਰੈਂਟਸ ਚੱਲਦੇ ਨੇ, ਟੈਕਸੀ ਸਰਵਿਸਿਜ਼ ਵਾਲਿਆਂ ਨੂੰ ਫਾਇਦਾ ਹੁੰਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਦੇ ਵਿੱਚ ਕੁਛ ਜਗ੍ਹਾ ਸਿਲੈਕਟ ਕਰੀਏ ਜਿੱਥੇ ਹੋਮ ਸਟੇਅ ਦਾ ਇੰਤਜ਼ਾਮ ਕੀਤਾ ਜਾ ਸਕੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਜਿਨ੍ਹਾਂ ਨੇ ਕਿ ਬੜੀ ਕੰਟਰੀਬਿਊਸ਼ਨ ਕੀਤੀ ਹੈ ਆਪਣੀ ਉੱਥੋਂ ਦੀ ਜ਼ਮੀਨ ਦੇ ਕੇ, ਉਹਨਾਂ ਨੂੰ ਇਸਦਾ ਫਾਇਦਾ ਹੋ ਸਕੇ। ਟੋਟਲ ਕਿੰਨਾ ਏਰੀਆ ਵੈਸੇ? ਟੋਟਲ ਸ਼ੰਭ ਦਾ ਏਰੀਆ 850 ਏਕੜ ਹੈ, ਜੋ ਕਿ 5 ਪਿੰਡਾਂ ਦੀ ਸ਼ਾਮਲਾਤ ਏਰੀਆ, ਜਿਹਦੇ ਵਿੱਚ ਮੁੱਖ ਤੌਰ 'ਤੇ ਕੇਸ਼ੋਪੁਰ, ਡਾਲਾ, ਮਿਆਣੀ, ਮਗਰਮੁਦੀਆਂ ਅਤੇ ਮਟਵਾਣੇ। ਅਸੀਂ ਇੱਥੇ 3 ਏਕੜ ਦੇ ਵਿੱਚ ਇੱਕ 3.5 ਕਰੋੜ ਦੀ ਲਾਗਤ ਨਾਲ ਇੰਟਰਪ੍ਰੇਸ਼ਨ ਸੈਂਟਰ ਵੀ ਬਣਾਇਆ, ਜਿਸ ਦੇ ਵਿੱਚ ਅਸੀਂ ਬਾਹਰੋਂ ਆਏ ਸੈਲਾਨੀਆਂ ਨੂੰ ਛੰਭ ਬਾਰੇ ਜਾਣਕਾਰੀ ਦਿਆਂਗੇ, ਕਿਹੜੇ ਕਿਹੜੇ ਬਰਡ ਨੇ, ਉਹਦੇ ਇਲੈਕਟ੍ਰੋਨਿਕ ਮਾਡਲ ਲੱਗਣਗੇ, ਤਾਂ ਜੋ ਸਕੂਲ ਦੇ ਬੱਚਿਆਂ ਨੂੰ ਅਤੇ ਲੋਕਾਂ ਨੂੰ ਇਹਦੀ ਛੰਭ ਦੀ ਅਤੇ ਪੰਛੀਆਂ ਦੀ ਪੂਰੀ ਜਾਣਕਾਰੀ ਹੋਏ। ਔਰ ਉੱਥੋਂ ਅਸੀਂ ਨੇਚਰ ਗਾਈਡ ਦੀ ਸਰਵਿਸਿਜ਼ ਵੀ ਪ੍ਰੋਵਾਈਡ ਕਰਾਵਾਂਗੇ, ਤਾਂ ਜੋ ਉਹਨਾਂ ਨੂੰ ਅੰਦਰ ਜਾ ਕੇ ਉਹ ਗਾਈਡ ਕਰ ਸਕਣ। ਧੰਨਵਾਦ ਜੀ।
ਤੇ ਇਹ ਸਨ ਸਾਡੇ ਨਾਲ DFO ਪਠਾਨਕੋਟ ਜੇਸ਼ ਮਹਾਜਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪੰਛੀਆਂ ਜਿਹੜੇ ਵੱਖ ਵੱਖ ਸਪੀਸੀਜ਼ ਦੇ ਪੰਛੀ ਆਉਂਦੇ ਨੇ ਉਹ ਤਾਂ ਆਕਰਸ਼ਣ ਦਾ ਕੇਂਦਰ ਹੈ ਹੀ ਨੇ, ਜ਼ਿਲ੍ਹੇ ਨੂੰ ਵੀ ਇੱਕ ਅੱਛਾ ਰੁਤਬਾ ਮਿਲਿਆ, ਇਸ ਦੇ ਨਾਲ ਇਨਡਾਇਰੈਕਟਲੀ ਜਿਹੜਾ ਰੋਜ਼ਗਾਰ ਵੀ ਕ੍ਰੀਏਟ ਹੋਏਗਾ, ਹੋਟਲ ਇੰਡਸਟਰੀ ਹੋ ਜਾਏ ਜਾਂ ਰੈਸਟੋਰੈਂਟ ਹੋ ਜਾਣ, ਇਸ ਦੇ ਨਾਲ ਲੋਕਲ ਯੁਵਾਵਾਂ ਨੂੰ ਰੋਜ਼ਗਾਰ ਵੀ ਮਿਲੇਗਾ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮੰਗੋਤਰਾ, ਦੈਨਿਕ ਸਵਰਾਜ TV, ਪਠਾਨਕੋਟ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।